ਜਦੋਂ ਮੈਂ ਡਿਲੀਵਰੀ ਕਰਨ ਜਾਂਦਾ ਕਸਟਮਰ ਦੇ ਗੇਟ ਦੇ ਜਗੇ ਗੱਡੀ ਖੜਕ ਤੇ ਹਾਰਨ ਮਾਰਦਾ ਵਾ ਕਸਟਮਰ ਆਪਣੇ ਆਪ ਬਾਹਰ ਆਉਂਦਾ ਵਾ ਆਪਣੀ ਡਿਜ਼ਾਇਰ ਅਮਾਉਂਟ ਜਿੰਨੀ ਉਸ ਨੂੰ ਦੁੱਧ ਚਾਹੀਦਾ ਹੁੰਦਾ ਵਾ ਉਹ ਆਪਣਾ ਆਪਣੇ ਕਾਰਡ ਦੇ ਵਿੱਚੋਂ ਪਾ ਕੇ ਲੈ ਜਾਂਦਾ ਵਾ ਮੈਂ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਮੈਨੂੰ ਜ਼ਰੂਰਤ ਨਹੀਂ ਪੈਂਦੀ ਗੱਡੀ 'ਚੋਂ ਬਾਹਰ ਨਿਕਲਣ। ਦੁੱਧਾ ਮਿਲ ਕੇ ਏਟੀਐਮ ਲਾਉਣ ਕਰਕੇ ਮੈਨੂੰ ਇਹਦਾ ਹਿਸਾਬ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਆਟੋਮੈਟਿਕ ਹੀ ਹਿਸਾਬ ਮੇਰੇ ਮੋਬਾਈਲ ਤੇ ਸ਼ਾਮ ਨੂੰ ਆ ਜਾਂਦਾ ਵਾ। ਮੈਂ ਕਿਸੇ ਬੰਦੇ ਨੂੰ ਵੀ ਗੱਡੀ ਹੈਂਡਓਵਰ ਕਰਕੇ ਕਿਤੇ ਵੀ ਜਾ ਸਕਦਾ ਮੇਰੇ ਮਿਲਕ ਜੀ ਆਡੀਨ ਦੇ ਉੱਤੇ ਕਸਟਮਰ ਮੱਝ ਦਾ ਦੁੱਧ 60 ਰੁਪਏ ਨੂੰ ਤੇ ਗਾਂ ਦਾ ਦੁੱਧ 50 ਰੁਪਏ ਨੂੰ ਬੜੀ ਖੁਸ਼ੀ ਨਾਲ ਲੈਂਦੇ ਆ ਕਿਉਂਕਿ ਮੈਂ ਬੈਸਟ ਕੁਆਲਟੀ ਦਾ ਦੁੱਧ ਕਸਟਮਰ ਦੇ ਡੋਰ ਤੱਕ ਪਹੁੰਚਦਾ ਕਰਦਾ ਹਾਂ ਅੱਜ ਦਾ ਯੁੱਗ ਵਿਗਿਆਨਿਕ ਤਕਨੀਕਾਂ ਨੂੰ ਬਰੀਕੀ ਨਾਲ ਸਮਝ ਕੇ ਲਾਗੂ ਕਰਨ ਦਾ ਯੁੱਗ ਹੈ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਲੁਧਿਆਣਾ ਨੇੜੇ ਪਮਾਲ ਪਿੰਡ ਵਿੱਚ ਬਣੇ ਨਾਨਕ ਸਰ ਡੇਰੀ ਫਾਰਮ ਨੂੰ ਚਲਾਉਣ ਵਾਲੇ ਦੋ ਹਿੰਮਤੀ ਭਰਾਵਾਂ ਲਾਲ ਸਿੰਘ ਤੇ ਭਗਵੰਤ ਸਿੰਘ ਨੇ ਕਈ ਸਾਲ ਪਹਿਲਾਂ ਦੋ ਪਸ਼ੂਆਂ ਤੋਂ ਸ਼ੁਰੂ ਕੀਤਾ ਡੇਰੀ ਦਾ ਕਿੱਤਾ ਅੱਜ ਇਸ ਮੁਕਾਮ ਤੇ ਹੋਵੇਗਾ ਇਹ ਸੋਚਿਆ ਵੀ ਨਹੀਂ ਸੀ ਕਿਉਂਕਿ ਲਗਭਗ 100 ਪਸ਼ੂਆਂ ਵਾਲੇ ਇਸ ਫਾਰਮ ਦੀ ਦੁੱਧ ਦੀ ਸਪਲਾਈ ਲੁਧਿਆਣਾ ਸਮੇਤ ਵੱਡੇ ਏਰੀਆ ਨੂੰ ਕਵਰ ਕਰਦੀ ਹੈ ਦੁੱਧ ਤੋਂ ਬਣੇ ਬਹੁਤ ਸਾਰੇ ਪ੍ਰੋਡਕਟ ਵੀ ਆਸਾਨੀ ਨਾਲ ਖਪਤਕਾਰਾਂ ਦੇ ਘਰ-ਘਰ ਤੱਕ ਪਹੁੰਚਾ ਦਿੰਦੇ ਨੇ ਕਿਉਂਕਿ ਦੁੱਧ ਆਟੋਮੈਟਿਕ ਮਸ਼ੀਨਾਂ ਨਾਲ ਸਪਲਾਈ ਹੁੰਦਾ ਹੈ ਤਾਂ ਖਪਤਕਾਰ ਆਪਣੇ ਏਟੀਐਮ ਨੂੰ ਦੇ ਚਾਰਜ ਕਰਵਾ ਕੇ ਆਪਣੇ ਆਪ ਦੁੱਧ ਵਾਲੀ ਗੱਡੀ ਤੋਂ ਲੋੜ ਅਨੁਸਾਰ ਦੁੱਧ ਖਰੀਦ ਲੈਂਦੇ ਨੇ ਤੇ ਹੁਣ ਹਿਸਾਬ ਕਿਤਾਬ ਦਾ ਸਾਰਾ ਵੀ ਆਪ ਆਨਲਾਈਨ ਮੋਬਾਈਲ ਤੇ ਚੱਲਾ ਜਾਂਦਾ ਹੈ ਮੈਂ ਬੀ.ਜੇ.ਐੱਬੀ ਕੋਰਸ ਕਰਕੇ ਪਹਿਲਾਂ ਡੈਰੀ ਫਾਰਮਿੰਗ ਦਾ ਕੋਰਸ ਕੀਤਾ ਉਦੋਂ ਮੈਂ ਬਹੁਤ ਕੁਝ ਸਿੱਖਿਆ ਉਸ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਇਹ ਡੰਗਰਾਂ ਨੂੰ ਲੋਨ ਲੈ ਕੇ 25 ਲੱਖ ਰੁਪਏ ਦਾ ਲੋਨ ਲਿਆ ਤੇ ਫਿਰ ਅਸੀਂ ਇਹ ਮਤਲਬ ਬਣਾਇਆ ਸ਼ੈੱਡ ਬਣਾਏ ਉੱਚੇ ਤੇ ਮੱਝਾਂ ਹੋਰ ਲਈਆਂ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਕ ਮਸ਼ੀਨ ਲਈ ਆ ਏਟੀਐਮ ਮਸ਼ੀਨ ਆ ਜਿਹੜੀ ਉਹ ਜੀ ਉਹ ਅਸੀਂ ਗੱਡੀ ਤੇ ਫਿੱਟ ਕਰੀ ਆ ایسੂਜੀ ਗੱਡੀ ਤੇ ਜਿਹੜਾ ਸਾਡਾ ਦੁੱਧ ਆ ਜੀ ਉਹ ਏਟੀਐਮ ਨਾਲ ਪੈਂਦਾ ਜੀ ਤੇ ਅਸੀਂ ਬਾਕੀ ਹੋਰ ਨਾਲ ਬਰਫੀ ਪਨੀਰ ਚਾਟੀ ਲੱਸੀ ਘਿਓ ਇਹ ਅਸੀਂ ਨਾਲ ਦੁੱਧ ਦੇ ਸਪਲਾਈ ਕਰਦੇ ਆ ਜੀ ਤੇ ਨਾਲ ਅਸੀਂ ਜੀ ਸਬਜ਼ੀ ਤੇ ਬਾਕੀ ਜਿਵੇਂ ਅਸੀਂ ਕਮਾਦ ਵੀ ਜਾਂ ਕਮਾਦ ਦਾ ਅਸੀਂ ਗੁੜ ਬਣਾ ਕੇ ਉਹ ਅਸੀਂ ਸਪਲਾਈ ਕਰਦੇ ਆ ਜੀ ਇਹ ਫੀਡ ਜੀ ਅਸੀਂ ਇੱਕ ਆਪਦਾ ਫਾਰਮੂਲਾ ਤਿਆਰ ਕੀਤਾ ਹੋਇਆ ਵਾ ਉਹਦੇ ਵਿੱਚ ਅਸੀਂ ਮਿਕਦਾਰ ਕਣਕ ਦੀ ਕਿੰਨੀ ਮੱਕੀ ਦੀ ਕਿੰਨੀ ਤੇ ਤਾਰਾ ਮੀਰਾ ਕਿੰਨਾ ਜਾਂ ਹੋਰ ਉਹ ਮੌਸਮ ਦੇ ਹਿਸਾਬ ਨਾਲ ਅਸੀਂ ਫੀਡ ਆਪ ਜਾ ਕੇ ਗਣਪਤੀ ਵਾਲਿਆਂ ਤੋਂ ਬਣਵਾ ਕੇ ਲੈ ਕੇ ਆਉਂਦੇ ਆ ਜੀ ਤੇ ਬਾਕੀ ਇੱਕ ਹੋਰ ਸਾਰਿਆਂ ਨਾਲੋਂ ਵੱਡੀ ਫੀਡ ਨਾਲੋਂ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਹੈ ਜੀ ਇਹ ਸਾਈਲਸ ਆਚਾਰ ਜੀ ਨੂੰ ਕਹਿੰਦੇ ਆ ਜੀ ਜਿਹੜਾ ਡੈਰੀ ਫਾਰਮ ਆਚਾਰ ਨਹੀਂ ਵਰਤਦਾ ਉਹ ਕਾਮਯਾਬ ਨਹੀਂਗਾ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਇੱਕ ਸਾਇਲਸ ਦਾ ਟੋਇਆ ਬਣਾਇਆ ਉਹਦੇ ਵਿੱਚ ਅਸੀਂ 5-7 ਕਿਲੇ ਮੱਕੀ ਦੇ ਤੇ ਜਮੀ ਦੇ ਬਾਰੀ-ਬਾਰੀ ਸੀਜ਼ਨ ਮੁਤਾਬਕ ਪਾਉਂਦੇ ਰਹੇ ਹਾਂ ਉਹ ਇੱਕ ਟਾਈਮ ਅਸੀਂ ਸਾਇਲਸ ਪਾਉਨੇ ਆ ਜੀ ਉਹਦੇ ਵਿੱਚ ਨਾਲ ਹੀ ਇੱਕ ਹਰਾ ਦਾਣਾ ਮਿਲਦਾ ਜਿਹੜੇ ਸੁੱਕੇ ਦਾਣੇ ਨਾਲੋਂ ਹਰਾ ਦਾਣਾ ਦਾ ਵੈਸਤਾ ਕਿਉਂ ਮੈਂ ਬਹਾਰਲੇ ਦੇਸ਼ਾਂ 'ਚ ਮੈਂ ਕੈਨੇਡਾ ਗਿਆ ਉੱਥੇ ਮੈਂ ਦੇਖਿਆ ਵੀ 2-2 4-4000 ਡੰਗਰ 2-2 ਬੰਦੇ ਸਮਝ ਜਾਂਦੇ ਆਨੇ ਉਹਨਾਂ ਦਾ ਹੀ ਆ ਉਹ ਸਾਇਲੈਂਸ ਪਾਉਂਦੇ ਆ ਜੀ ਦੋਨੋਂ ਟਾਈਮ ਸੈਲਸ ਪਾਉਂਦੇ ਆ ਉਹਦੇ ਨਾਲ ਵਿੱਚੇ ਆਪਣੀ ਜਿਹੜੀ ਮੱਕੀ ਆ ਆਪਾਂ ਬੀਜਦੇ ਆ ਉਹ ਆਪਾਂ ਨੂੰ ਬਹੁਤ ਸਸਤੀ ਪੈ ਜਾਂਦੀ ਆ ਤੇ ਇੱਕ ਉਹ ਸੁੱਕ ਕੇ ਨਹੀਂ ਹੋ ਜਾਂਦੀ ਆ ਤੇ ਉਹ ਹਾਜਮ ਲਈ ਬਹੁਤ ਵਧੀਆ ਤੇ ਵਿੱਚ ਉਹਦੇ ਫੀਟ ਆ ਵਿੱਚੀ ਉਹਦੇ ਦਾਣਾ ਵਾ ਉਹ ਬਹੁਤ ਵਧੀਆ ਚੀਜ਼ ਆ ਜੀ ਹਾਂਜੀ ਸਮੱਸਿਆ ਤਾਂ ਬਹੁਤ ਆਉਂਦੀਆਂ ਜੀ ਜਿਵੇਂ ਜਿਵੇਂ ਆਪਣੇ ਕਈ ਗਏ ਡੰਗਰ ਬਿਮਾਰ ਹੋ ਜਾਂਦੇ ਨੇ ਤੇ ਗਾਈਆਂ ਮਰ ਵੀ ਜਾਂਦੀਆਂ ਨੇ ਜਦੋਂ ਆਪਾਂ ਨਹੀਂ ਸਾਂਭਦੇ ਸ਼ੁਰੂ-ਸ਼ੁਰੂ ਦੇ ਵਿੱਚ ਫਿਰ ਅਸੀਂ ਜਦੋਂ ਇਹ ਇੱਕ ਜਿਵੇਂ ਆਪਾਂ ਲੋਨ ਕਰਾਉਨੇ ਆ ਨਾਲ ਇਨਸ਼ੋਰੈਂਸ ਬਹੁਤ ਜ਼ਰੂਰੀ ਆ ਜੀ ਗਾਈਆਂ ਮੱਝਾਂ ਦੀ ਜੇ ਆਪਾਂ ਕਿਸਾਨ ਆ ਦੇਖਦੇ ਆ ਫਸਲ ਦੀ ਇਨਸ਼ੋਰੈਂਸ ਨਹੀਂ ਕਰਾਉਦੇ ਉਹ ਜਦੋਂ ਅਸੀਂ ਇਨਸ਼ੋਰੈਂਸ ਕਰਾਉਨੇ ਆ ਉਹਦੇ ਨਾਲ ਆਪਾਂ ਬੈਕਅਪ ਕੋਈ ਜੇ ਆਪਣਾ ਡੰਗਰ ਮਹਾਰਾਜ ਦੀ ਕਿਰਪਾ ਨਾਲ ਨਾ ਹੋਵੇ ਮਰ ਜਾਵੇ ਉਹਦਾ ਆਪਾਂ ਨੂੰ ਪੈਸੇ ਮਿਲ ਜਾਂਦੇ ਆ ਇਨਸ਼ੋਰੈਂਸ ਬਹੁਤ ਜ਼ਰੂਰੀ ਆ ਇਨਸ਼ੋਰੈਂਸ ਕਰਾਉਣੀ ਚਾਹੀਦੀ ਆ ਇਹ ਜੀ ਫਰਸ ਵਧੀਆ ਲੱਗੇ ਹੋਣੇ ਚਾਹੀਦੇ ਆ ਸੁੱਕੇ ਹੋਣੇ ਚਾਹੀਦੇ ਆ ਜੀ ਇੱਕ ਜਿਵੇਂ ਟਾਈਮ ਸਰ ਜਿਵੇਂ ਵੀ ਕੋਈ ਟੀਕੇ ਪਹਿਲਾਂ ਟੀਕਾਕਰਨ ਕਰਨਾ ਚਾਹੀਦਾ ਜਿਵੇਂ ਆਪਾਂ ਨੂੰ ਹਦਾਇਤਾਂ ਆਉਂਦੀਆਂ ਉਹ ਆਪਾਂ ਜਦ ਇੱਕ ਵਾਰ ਸਾਡੇ ਨਾਲ ਇਦਾਂ ਹੀ ਹੋਇਆ ਜਿਹੜੇ ਅਸੀਂ ਗਲ ਕੋਟੂ ਦੇ ਟੀਕੇ ਨਹੀਂ ਲਵਾਏ ਉਸ ਵਾਰ ਸਾਡੇ ਗਾਈਆਂ ਬਹੁਤ ਮਰ ਗਈਆਂ ਸੀਗੀਆਂ ਹੁਣ ਅਸੀਂ ਸਮੇਂ ਸਿਰ ਜਦੋਂ ਵੀ ਸਾਨੂੰ ਹਦਾਇਤ ਆਉਂਦੀ ਆ ਅਸੀਂ ਪਹਿਲਾਂ ਪ੍ਰੋਸੈਸ ਕਰਦੇ ਆ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਸਾਡੇ ਮਤਲਬ ਜੀ ਘਰੇ ਜਿਹੜੇ ਖੇਤੀਬਾੜੀ ਵਾਸਤੇ ਤੇ ਆਪਣੇ ਡੈਰੀ ਫਾਰਮ ਵਾਸਤੇ علیحدਾਂ علیحدਾਂ ਬੰਦੇ ਨੇ ਸਾਡੇ ਕੋਲੇ 12 ਬੰਦੇ ਕੰਮ ਕਰਦੇ ਆ ਜੀ ਸਾਡੇ 6 ਬੰਦੇ ਖੇਤ ਚ ਕੰਮ ਕਰਦੇ ਆ ਤੇ 6 ਬੰਦੇ ਸਾਡੇ ਡੈਰੀ ਫਾਰਮ ਚ ਕੰਮ ਕਰਦੇ ਆ ਇਹ ਜੀ ਸਾਡੇ ਯੂਨੀਵਰਸਿਟੀ ਵਾਲੇ ਬਹਿਸ ਸਹਿਯੋਗ ਕਰਦੇ ਆ ਜਿਹੜੇ ਵੈਟਰਨਰੀ ਡਾਕਟਰ ਨੇ ਨਾ ਉਹ ਸਾਡੇ ਨਾਲ ਆਉਂਦੇ ਨੇ ਸਾਡੇ ਉਹ ਫ੍ਰੀ ਆਫ ਕਾਸਟ ਸਾਡੇ ਉਹਨਾਂ ਨੇ ਬਹੁਤ ਸਹਾਇਤਾ ਕਰੀ ਆ ਤੇ ਉਹ ਵਧੀਆ ਸੀਮਨ ਲੈ ਕੇ ਉਹ ਆਉਂਦੇ ਆ ਜਾਂ ਅਸੀਂ ਆਪਣੇ ਇੱਕ ਡਾਕਟਰ ਨੇ ਉਹਨਾਂ ਤੋਂ ਹੀ ਕਰਾਈਦਾ ਜੀ ਇਹ ਸਾਡੇ ਕੋਲੇ 14 ਕਵਾਂਟਲ ਹੋ ਜਾਂਦੇ ਦੋਨਾਂ ਟਾਈਮਾਂ ਦਾ 7 ਸਵੇਰੇ 7 ਸ਼ਾਮ ਨੂੰ ਇਹ ਮੱਝਾਂ ਦਾ ਹੋ ਜਾਂਦਾ ਤੇ 6 ਕਵਾਂਟਲ ਲਗਾਈਆਂ ਦਾ ਹੋ ਜਾਂਦਾ ਜੀ ਇਹ ਇਹ ਸਾਰਾ ਸਾਡਾ ਘਰਾਂ ਚ ਸਪਲਾਈ ਆ ਜੀ ਸਵੇਰੇ ਜੀ ਸਾਰਿਆਂ ਨੂੰ ਪਹਿਲਾਂ ਜੀ 3 ਵਜੇ ਮੈਂ ਉੱਠ ਕੱਢਦਾ ਜੀ ਮੈਂ ਆਪਦਾ ਇਸ਼ਨਾਨ ਪਾਣੀ ਕਰਕੇ ਆਪਦਾ ਨਿਤਨੇਮ ਕਰਕੇ ਫਿਰ ਮੈਂ ਲੇਬਰ ਨੂੰ 4 ਵਜੇ ਠਾਲਦਾ ਜੀ 4 ਤੋਂ 5 ਵਜੇ ਤੱਕ ਉਹ ਚਵਾਈ ਕਰਦੇ ਆ ਜੀ ਸਾਢੇ 5 ਵਜੇ ਜੀ ਮੈਂ ਇੱਥੋਂ ਫਿਰ ਸਪਲਾਈ ਲੈ ਕੇ ਚਲੇ ਜਾਣਾ ਜੀ ਤੇ ਮੇਰਾ ਸਵੇਰ ਦੀ ਜਿਹੜੀ ਸਪਲਾਈ ਢੋਲੇ ਵਾਲਾ ਜੀ ਢੋਲੇ ਵਾਲ ਮੈਂ ਸਪਲਾਈ ਕਰਕੇ ਸਾਢੇ 9:30 ਵਜੇ ਵਾਪਸ ਆ ਜਾਣਾ ਜੀ ਫਿਰ ਅਸੀਂ 9 ਤੋਂ 10 11 12 ਤੱਕ ਵਿਹਲੇ ਆ ਉਦੋਂ ਬਾਅਦ ਫੇਰ ਸਾਡੀ 1 ਵਜੇ ਸਪਲਾਈ ਹੋਣੀ ਆ ਜੀ ਉਹ 1 ਵਜੇ ਵਾਲੀ ਸਪਲਾਈ ਆ ਉਹ ਵੀਰਾ ਲੈ ਕੇ ਜਾਂਦਾ ਜੀ ਪਰ ਸਾਡੇ ਜਿਹੜਾ ਦੁੱਧ ਦਾ ਪ੍ਰੋਸੈਸ ਆ ਜਿਹੜਾ ਅਸੀਂ ਸਵੇਰੇ ਚੋਨੇ ਆ ਉਹਨੂੰ ਅਸੀਂ ਨਾਲ ਦੀ ਨਾਲ ਠੰਡਾ ਕਰ ਦਿੰਨੇ ਆ ਉਹ ਵੀਰਾ ਸ਼ਾਮ ਨੂੰ ਲੈ ਕੇ ਜਾਂਦਾ ਜਿਹੜਾ ਹੁਣ ਸ਼ਾਮ ਨੂੰ ਚਪਾਈ ਹੋਈ ਆ ਉਹ ਅਸੀਂ ਫ੍ਰੀਜੇ ਵਿੱਚ ਠੰਡਾ ਕਰ ਦੇਣਾ ਉਹ ਮੈਂ ਸਵੇਰੇ ਲੈ ਕੇ ਜਾਣਾ ਜੀ ਇਹ ਦੁੱਧ ਅਸੀਂ ਚੋਣਸਾਰੀ ਇਹਨੂੰ -2 ਤੇ ਠੰਡਾ ਕਰ ਦਿੰਨੇ ਆ ਦੁੱਧ ਦੀ ਕੁਆਲਿਟੀ ਇੰਨੀ ਦਾ ਬੈਸਟ ਹੋ ਜਾਂਦੀ ਆ ਜੀ ਉਹ ਦੁੱਧ ਇੱਕ ਖਰਾਬ ਨਹੀਂ ਹੁੰਦਾ ਇੱਕ ਪੀਣ ਲਈ ਬਹੁਤ ਵਧੀਆ ਹੋ ਜਾਂਦਾ ਵਾ ਜੇ ਆਪਾਂ ਹੋਰ ਜਿਵੇਂ ਦੇਖੀਏ ਵੱਡੇ ਵੱਡੇ ਫਾਰਮਾਂ ਦੇ ਵਿੱਚ ਉਹ ਕੋਈ ਨਾ ਕੋਈ ਐਸੀ ਜੀ ਚੀਜ਼ ਲਾਉਂਦੇ ਆ ਜਿਹਦੇ ਨਾਲ 5-10 ਦਿਨ ਦੁੱਧ ਰਹਿੰਦਾ ਵਾ ਉਹ ਤਰੀਕਾ ਇਹਦੇ ਨਾਲੋਂ ਇਹ ਤਰੀਕਾ ਦਾ ਬੈਸਟ ਆ ਜੇ ਆਪਾਂ ਦੁੱਧ ਨੂੰ ਚੋਣਸਾ ਠੰਡਾ ਕਰਦੇ ਆ ਤਾਂ ਉਹ ਦਾ ਬੈਸਟ ਆ ਜੀ ਹਾਂਜੀ ਉਹਦੀ ਫੈਟ ਮਤਲਬ 6% ਤੋਂ ਉੱਪਰ ਹੁੰਦੀ ਆ ਗਾਈਆਂ ਦੀ ਫੈਟ ਵੀ ਸਾਢੇ 3.5 ਤੋਂ 5 ਦੇ ਵਿੱਚ ਹੁੰਦੀ ਆ ਜੀ ਹਾਂਜੀ 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 ਹੁਣ ਜਿਵੇਂ ਆਪਣਾ ਇਹ ਦੁੱਧ ਆਇਆ ਵਾ ਇਹ ਦੁੱਧ ਦੀ ਆਪਾਂ ਫੈਟ ਚੈੱਕ ਕਰਨੀ ਆ ਜਿਹੜੇ ਆਮ ਮਸ਼ੀਨਾਂ ਹੁੰਦੀਆਂ ਨੇ ਉਹ ਅਲਕੋਹਲ ਵਾਲੀਆਂ ਹੁੰਦੀਆਂ ਨੇ ਜੀ ਜਿਵੇਂ ਉਹਦੇ ਚ ਅੱਬ ਤਜਾ ਪਾਉਣੇ, ਅਲਕੋਹਲ ਪਾਉਣੇ, ਪਾਣੀ ਪਾਉਣੇ ਤੇ ਮਸ਼ੀਨ ਘਮਾ ਦਿੰਨੇ ਆ ਜੀ। ਉਹਦੇ ਨਾਲ ਕੱਲੀ ਆਪਾਂ ਨੂੰ ਫੈਟ ਦਾ ਪਤਾ ਲੱਗਦਾ। ਪਰ ਜਿਹੜੇ ਸਾਡੇ ਕੋਲੇ ਸਿਸਟਮ ਆ, ਇਕੋ ਮਿਲਕ ਬੌਂਡ ਸਿਸਟਮ ਆ ਜੀ ਇਹ। ਇਹ ਮਸ਼ੀਨ ਆਪਾਂ ਨੂੰ ਤੁਹਾਨੂੰ ਦੱਸਦੇ ਆਂ ਵੀ ਇਹ ਉਹਦੇ ਨਾਲੋਂ ਦਾ ਬੈਸਟ ਆ ਜੀ। ਇਹ ਆਪਾਂ ਦੁੱਧ ਦਾ ਸਿੰਪਲ ਲੈਣਾ ਜੀ ਇਹ। ਇੱਲਾ ਨੂੰ ਇਹਨੂੰ ਵਾਈਬ੍ਰੇਟਰ ਤੇ ਲਾਉਨੇ ਆ ਜੀ ਇਹ ਵਾਈਬ੍ਰੇਟਰ ਹੈਗਾ ਜੀ ਦੁੱਧ ਦੇ ਵਾਈਬ੍ਰੇਟਰ ਦਾ ਮਤਲਬ ਹੈਗਾ ਜੀ ਦੁੱਧ ਦੇ ਵਿੱਚ ਜਿਹੜੇ ਛੋੜੇ ਮੋਟੇ ਹਵਾ ਦੇ ਕਣ ਹੁੰਦੇ ਆ ਉਹ ਇਹਦੇ ਨਾਲ ਮਰ ਜਾਂਦੇ ਆ ਜੀ ਮਤਲਬ ਦੁੱਧ ਨੂੰ ਹਿਲਾਉਣ ਦਾ ਸਿਸਟਮ ਹੈ ਇਹਨੂੰ ਵਾਈਬ੍ਰੇਟਰ ਕਹਿੰਦੇ ਆ ਜੀ ਇਹ 85000 ਰੁਪਏ ਦੀ ਮਸ਼ੀਨ ਆ ਜੀ ਸਾਡੀ ਇਹ ਇਹ ਵਾਈਬ੍ਰੇਟਰ ਇਹ ਵਾਈਬ੍ਰੇਟਰ ਅਲੱਗਾ ਲਿਆ ਵੀ ਇਹ 3000 ਦਾ ਜੀ ਇਹਦੇ ਉਹ ਤਾਂ ਵਿੱਚ ਸੀਗਾ ਜੀ ਫਿਰ ਇਹਦੇ ਵਿੱਚ ਆਪਸ਼ਨਾਂ ਨੇ ਜੀ ਇਹਦੇ ਤੇ ਆ ਗਿਆ ਸੈੱਟ ਮਿਲਕ ਮੈਕਸ ਮਿਲਕ ਬਫੈਲੋ ਆਪਾਂ ਇਹਨੂੰ ਬਫੈਲੋ ਤੇ ਲੈ ਜਾਣਾ ਜੀ ਬਫੈਲੋ ਤੇ ਜਾ ਕੇ ਜੀ ਇਹਨੂੰ ਆਪਾਂ ਇਹ ਫੈਟ ਆਉਣ ਤੁਹਾਨੂੰ ਤੁਹਾਡੇ ਸਾਹਮਣੇ ਆਜੂ ਕਿੰਨਾ ਫੈਟ ਆ ਕਿੰਨਾ ਪਾਣੀ ਆ ਕਿੰਨਾ ਪ੍ਰੋਟੀਨ ਆ ਇਹਦੇ ਚ ਕਿੰਨਾ ਐਨਐਸਐਫ ਆ ਕੋਈ ਡੇਰੀ ਆ ਨਹੀਂ ਇਹ ਦੇਖੋ ਜੀ ਇਹਦਾ 8 ਫੈਟ ਆ ਜੀ 9 ਪਾਊਡਰ ਆ ਜਿਹੜਾ ਐਨਐਸਐਫ ਹੁੰਦਾ 28 ਗ੍ਰੈਵਿਟੀ ਆ ਜੀ ਆ ਇਹਦੇ ਚ ਪਾਣੀ ਆ ਜਿਹੜਾ ਨੇਚਰਲ ਹੁੰਦਾ ਜੀ ਇੱਥੇ ਦੋ ਆਪਸ਼ਨਾਂ ਬਣੀ ਹੋਈਆਂ ਨੇ ਜੀ ਇੱਕ ਪਾਸੇ ਮੱਝਾਂ ਦਾ ਇੱਕ ਪਾਸੇ ਗਾਇਆਂ ਦਾ ਦੁੱਧ ਆ ਜੀ ਇਹ ਤੋਂ ਸਟਾਰਟ ਹੋਊਗਾ ਜੀ ਨਾਲ ਉਹ ਚੱਲ ਪਣਿਆ ਪੱਖੇ ਚੱਲਣਗੇ ਇਹ ਹੁਣ ਟੈਂਪਰੇਚਰ ਇਹਦਾ 33 ਹੈ 33 ਹੈ ਜੀ ਇਹ ਘਟ ਕੇ 0 ਤੇ ਆ ਜਾਂਦਾ ਵਾ ਮੈਂ ਲਾਲ ਸਿੰਘ ਸੇਖੋਂ ਅਸੀਂ ਮਾਰਨਿੰਗ ਦੇ ਵਿੱਚ 5 ਵਜੇੋਂ ਗੱਡੀ ਲੈ ਕੇ ਨਿਕਲਦੇ ਹਾਂ ਜੀ ਦੁੱਧ ਲੋਡ ਕਰਕੇ ਮਸ਼ੀਨ ਦੇ ਨਾਲ ਆਟੋਮੈਟਿਕ ਬਿਨਾਂ ਹੱਥ ਲਾਏ ਉਹ ਦੁੱਧ ਲੋਡ ਹੁੰਦਾ ਵਾ ਇਹਦੇ ਵਿੱਚ ਦੁੱਧ ਲੋਡ ਹੋਣ ਤੋਂ ਬਾਅਦ ਅਸੀਂ ਸਿੱਧੂ ਡੈਰੀ ਤਾਂ ਜਾਂਦੇ ਆ ਮਾਰਨਿੰਗ ਦੇ ਵਿੱਚ ਉੱਥੇ ਜਾ ਕੇ ਆਪਣਾ ਉਹਨਾਂ ਨਾਲ ਮਤਲਬ ਰਿਸ਼ਤਦਾਰੀ ਵੀ ਆ ਤੇ ਬਹੁਤ ਵਧੀਆ ਉਹਨਾਂ ਦੇ ਪ੍ਰੋਡਕਟ ਆ ਆਪਣਾ ਲੱਸੀ ਦਾ ਪ੍ਰੋਡਕਟ ਆਪਾਂ ਉਹਨਾਂ ਨੂੰ ਦਿੰਨੇ ਆ ਜੀ ਤੇ ਉਸ ਤੋਂ ਬਾਅਦ ਆਪਣੀ ਗੱਡੀ ਜੀ ਢੋਲੇ ਵਾਲ ਚਲੇ ਜਾਂਦੀ ਆ ਆਪਣੀ ਈਵਨਿੰਗ ਦੀ ਸਪਲਾਈ 1 ਵਜੇ ਸ਼ੁਰੂ ਹੁੰਦੀ ਆ ਜੀ ਦੁਪਹਿਰੋਂ 1 ਵਜੇ ਮੈਂ ਦੁੱਧ ਲੈ ਕੇ ਨਿਕਲਦਾ ਵਾਂ ਤੇ ਸਾਰਿਆਂ ਨਾਲ ਪਹਿਲਾਂ ਮੈਂ ਮਠਾੜੂ ਵਰਕਸ਼ਾਪ ਤੇ ਦੁੱਧ ਪਾ ਕੇ ਫਿਰ ਅਮਨਪਾਰਕ ਦੇ ਵਿੱਚੋਂ ਸ਼ੁਰੂ ਕਰਦਾ ਵਾਂ ਅਮਨਪਾਰਕ ਦੇ ਵਿੱਚ ਮੇਰੀ ਕਾਫੀ ਯਾਰੀ ਸੇਲ ਆ ਮਤਲਬ ਉਥੇ 100 ਲੀਟਰ ਤੋਂ ਤੇ ਮੇਰਾ ਅਮਨਪਾਰਕ ਦੇ ਵਿੱਚ ਦੁੱਧ ਲੱਗਦਾ ਜੀ ਆਪਾਂ ਉਸ ਤੋਂ ਬਾਅਦ ਫਿਰ ਜਾਈਦਾ ਅਗਰਨਗਰ ਫਿਰ ਫਲਾਵਰ ਡੇਲ ਪੰਛੀਲ ਬਿਹਾਰ ਸਖਦੇਵ ਨਗਰ ਮਤਲਬ ਇਨਾਂ ਏਰੀਆ ਦੇ ਵਿੱਚ ਹੀ ਮੈਂ ਸ਼ਾਮ ਤੱਕ 7 ਵਜੇ ਤੱਕ ਰਹਿਣਾ ਵਾਂ ਤੇ ਮੈਂ ਤੁਹਾਨੂੰ ਕੁਝ ਫੀਚਰ ਇਸ ਮਸ਼ੀਨ ਦੇ ਦੱਸਣੇ ਚਾਹਣਾ ਵਾਂ ਜਿਵੇਂ ਆਪਾਂ ਇਸ ਮਸ਼ੀਨ ਦੇ ਵਿੱਚ ਆਪਾਂ ਲੈਣਾ ਵਾ ਅੱਧਾ ਕਿਲ ਦੁੱਧ ਲੈਣਾ ਵਾ ਕਿੱਲੋ ਦੁੱਧ ਲੈਣਾ 2 ਕਿਲੋ ਲੈਣਾ ਤੇ ਅਲਗ-ਅਲਗ ਪ੍ਰੀ ਸੈਟ ਬਟਨ ਵਾਂ ਤੇ ਇਹ ਮੈਂ ਸਖਲਾਈ ਆਪਣੇ ਕਸਟਮਰ ਨੂੰ ਦੇ ਚੁੱਕਿਆ ਵਾਂ ਤੇ ਜਦੋਂ ਹੁਣ ਮੈਂ ਗੱਡੀ ਖੜਾ ਕੇ ਜਾ ਕੇ ਹਾਰਨ ਮਾਰਦਾ ਵਾਂ ਤਾਂ ਮੈਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਪੈਂਦੀ ਗੱਡੀ 'ਚੋਂ ਕਸਟਮਰ ਆਪਣੇ ਆਪ ਆਉਂਦੇ ਆ ਬਟਨ ਦੱਬ ਕੇ ਦੁੱਧ ਪਾ ਕੇ ਲੈ ਜਾਂਦੇ ਆ ਜਿਵੇਂ ਮੈਂ ਤੁਹਾਨੂੰ ਦੱਸਦਾ ਵਾਂ ਵੀ ਜੇ ਮੰਨ ਲਓ ਕਿਸੇ ਨੇ 50 ਰੁਪਏ ਦਾ ਦੁੱਧ ਲੈਣਾ ਤਾਂ ਸੈਂਟਰ ਵਾਲੇ ਬਟਨਾਂ 'ਚੋਂ ਆਪਾਂ ਇਹ 'ਚ 50 55 25 ਡਿਜ਼ਾਇਰ ਅਮਾਉਂਟ ਭਰ ਕੇ ਵੀ ਦੁੱਧ ਲੈ ਸਕਦੇ ਆ ਇਹ ਮਸ਼ੀਨ 200 ml ਤੋਂ ਲੈ ਕੇ 5 kg ਤੱਕ ਦਾ ਡਿਸਪੈਂਸ ਕਰਦੀ ਹੈ ਜੀ ਤੇ ਇਹ ਆਪਾਂ 200 ml ਤੋਂ ਲੈ ਕੇ 5 kg ਦੇ ਵਿਚਾਲੇ ਦੀ ਕੋਈ ਵੀ ਅਮਾਉਂਟ ਜਾਂ ਮਾਲਾ ਕਿਲੋਗ੍ਰam ਸੈੱਟ ਕਰਕੇ ਦੁੱਧ ਲੈ ਸਕਦੇ ਆ ਜਾਂ ਪ੍ਰੀ ਸੈਟ ਬਟਨਾਂ ਤੋਂ ਵੀ ਲੈ ਸਕਦੇ ਆ ਜਿਵੇਂ 3 ਦਾ ਬਟਨ ਵਾ 5 ਦਾ ਬਟਨ ਆ 4 ਦਾ ਬਟਨ ਜਿਵੇਂ ਮੇਰੇ ਕੋਲੇ ਕਈ ਕਸਟਮਰ ਕੈਸ਼ ਲੈਂਦੇ ਆ 50 ਦਾ ਦੁੱਧ ਲੈਂਦੇ ਆ ਤਾਂ ਉਹ ਪ੍ਰੀ ਸੈਟ ਬਟਨ 50 ਦਾ ਦਬਕੇ ਮੈਂ 50 ਦਾ ਪਾ ਦਿੰਦਾ ਵਾਂ ਤੇ ਕਸਟਮਰ ਆਪਦੀ ਚੁਆਇਸ ਮੁਤਾਬਕ ਦੁੱਧ ਲੈ ਸਕਦਾ ਜਿੰਨੀ ਰਿਕੁਆਇਰਮੈਂਟ ਵਾ ਉਹਨੂੰ ਕੋਈ ਬਾਉਂਡੇਸ਼ਨ ਨਹੀਂ ਇਹਦੇ ਵਿੱਚ ਵੀ ਤੁਸੀਂ 3 ਕਿਲੋ ਦੁੱਧ ਹੀ ਰੋਜ਼ ਲੈਣਾ ਵਾ ਕਿਉਂਕਿ ਲਿਖਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਦੀ ਡਿਜ਼ਾਇਰ ਅਮਾਉਂਟ ਡਿਜ਼ਾਇਰ ਦੇ ਹਿਸਾਬ ਨਾਲ ਦੁੱਧ ਲੈ ਸਕਦੇ ਹੋ ਜੀ ਉਹ ਇੱਕ ਐਡਮਨ ਦੇ ਵਿੱਚ ਪੋਰਸ਼ਲ ਆ ਜੀ ਮੇਰਾ ਆਪਦਾ ਜੀ ਮਤਲਬ ਕਸਟਮਰ ਦਾ ਉਹਦੇ ਨਾਲ ਹੈ ਨਹੀਂ ਉਹਦੇ ਵਿੱਚ ਮੈਨੂੰ ਇਹਦੀ ਪੂਰੀ ਡੀਟੇਲ ਕਿੰਨਾ ਰੀਚਾਰਜ ਹੋਇਆ ਵਾ ਅੱਜ ਦਾ ਕਿੰਨੀ ਸੇਲ ਕਿਲੋਾਂ ਚ ਹੋਈ ਆ ਤੇ ਕਿੰਨੀ ਮਾਉਂਟ ਦੀ ਹੋਈ ਆ ਸਮਰੀ ਦੇ ਵਿੱਚ ਨਿਕਲਿਆ ਆਉਂਦੀ ਆ ਜੀ ਮਤਲਬ ਆਪਾਂ ਡੇਲੀ ਸੇਲ ਦੇਖ ਸਕਦੇ ਆ ਵੀ ਮੇਰੀ ਕਿੰਨੀ ਹੋਈ ਆ ਇਹ ਸਿਸਟਮ ਥਰਮੋਸਟਾਈਪ ਬਣਿਆ ਹੁਣ ਕਰਕੇ ਇਹਦੇ ਵਿੱਚ ਜਿਹੜਾ ਫਾਰਮਰ ਵਾ ਉਹਦੇ ਦੁੱਧ ਦਾ ਕੋਈ ਲੌਸ ਨਹੀਂ ਹੁੰਦਾ ਜੇ ਦੁੱਧ ਬਚ ਗਿਆ ਮੰਨ ਲਓ ਦੁੱਧ ਤਾਂ ਜਿਵੇਂ ਹੁਣ ਮੇਰੇ ਕੋਲੇ ਸਮਝ ਲਓ ਈਵਨਿੰਗ ਦੇ ਵਿੱਚ 300 ਪਲੱਸ ਕਸਟਮਰ ਵਾ ਤੇ ਮੈਨੂੰ ਹਜ਼ਾਰ ਇੱਕ ਇੱਕ ਕਵਾਂਟਲ 100 ਕਿਲੋ ਐਕਸਟਰਾ ਰੱਖਣਾ ਪੈਣਾ ਵਾ ਕਿਉਂਕਿ ਕਸਟਮਰ ਦੀ ਡਿਮਾਂਡ ਵਧ ਵੀ ਸਕਦੀ ਆ ਫਿਰ ਜੋ ਮੇਰੇ ਤੋਂ ਲੈਂਦਾ ਤਾਂ ਹੋਰ ਕਿੱਥੇ ਜਾਊਗਾ ਪਰ ਜੋ ਈਵਨਿੰਗ ਜਾ ਕੇ ਮੈਂ ਕਵਾਂਟਲ ਦਾ ਕੀ ਕਰੂੰਗਾ ਉਸ ਵਾਰ ਤੇ ਅਸੀਂ ਪ੍ਰੋਡਕਟ ਬਣਾਉਨੇ ਆ ਜਿਵੇਂ ਖੁਆ ਹੋ ਗਿਆ ਪਨੀਰ ਹੋ ਗਿਆ ਬਰਫੀ ਹੋ ਗਈ ਘਿਓ ਹੋ ਗਿਆ ਉਹ ਸਾਰੇ ਪ੍ਰੋਡਕਟ ਮੈਂ ਇਸ ਗੱਡੀ ਉੱਤੇ ਰੱਖ ਕੇ ਵੇਚ ਦਿੰਨਾ ਵਾ ਇਹ ਕਾਰਡ ਆਪਾਂ ਨੂੰ ਮਸ਼ੀਨ ਦੇ ਨਾਲ 1000 ਕਾਰਡ ਆਪਾਂ ਖਰੀਦਿਆ ਸੀਗਾ ਜੀ ਇਹ ਆਰਐਫਆਈਡੀ ਕਾਰਡ ਹੁੰਦਾ ਵਾ ਇਹਦੇ ਉੱਤੇ ਆਪਣੀ ਕੰਪਨੀ ਦੀ ਮਤਲਬ ਨਾਨਸਖੜੀ ਫਾਰਮ ਦੀ ਆਪਾਂ ਬ੍ਰਾਂਡਿੰਗ ਵੀ ਕਰਾਈ ਹੋਈ ਆ ਇਹ ਕਾਰਡ ਆਪਾਂ ਰੀਯੂਜ਼ ਕਰ ਸਕਦੇ ਆ ਦੁਬਾਰਾ ਦੁਬਾਰਾ ਹਰੇਕ ਕਾਰਡ ਦੀ ਅਲੱਗ ਤੋਂ ਕਸਟਮਰ ਆਈਡੀ ਆ ਜਿਹੜੀ ਆਪਾਂ ਉੱਪਰ ਲਿਖ ਕੇ ਦਿੱਤੀ ਹੋਈ ਆਰੇ ਕਸਟਮਰ ਨੂੰ ਤੇ ਜਿਵੇਂ ਕਿਸੇ ਮੰਨ ਲਓ ਬੰਦੇ ਨੇ 6000 ਦਾ ਰੀਚਾਰਜ ਕਰਵਾਇਆ ਮੇ ਤੋਂ ਮਹੀਨੇ ਦੇ ਹਿਸਾਬ ਨਾਲ ਉਹਨੇ ਉਹ ਆਪਣਾ ਇਹਦੇ ਵਿੱਚੋਂ ਦੁੱਧ ਆ ਕੇ ਲੈ ਸਕਦਾ ਵਾ ਜਦੋਂ ਇਹਨੂੰ ਮਸ਼ੀਨ ਤੇ ਟੱਚ ਕਰਦਾ ਤਾਂ ਪਹਿਲਾਂ ਬੈਲੈਂਸ ਦਿਖਵਾਉਂਦਾ ਵਾ ਤੇ ਇਹਦੇ ਵਿੱਚੋਂ ਦੁੱਧ ਲੈ ਸਕਦਾ ਵਾ ਤਾਂ ਜਿਵੇਂ ਮੰਨ ਲਓ ਇਹਦੇ ਵਿੱਚ ਲਾਸਟ ਬੈਲੈਂਸ 55 ਰੁਪਏ ਆ ਤਾਂ ਆਪਾਂ ਇਹਦੇ ਵਿੱਚੋਂ 55 ਰੁਪਏ ਦਾ ਹੀ ਡਿਸਪੈਂਸ ਕਰ ਸਕਦੇ ਆ 60 ਰੁਪਏ ਦਾ ਡਿਸਪੈਂਸ ਨਹੀਂ ਹੋਣਾ ਹੈਗਾ ਫਿਰ ਬੰਦੇ ਨੂੰ ਦੁਬਾਰਾ ਰੀਚਾਰਜ ਕਰਾਉਣਾ ਪੈਂਦਾ ਵਾ